17 मार्च नू पंजाबी फिल्म जिंदुआ रिलीज होने जा रही है। इसके दौरान इस फिल्म की पूरी टीम अमृतसर विखे प्रमोशन ले पहुंची और पत्रकारों नाल रूबरू हुई। ਤੈਨੂੰ ਸਕੈਚ ਰਹਿਣ ਦੀ ਇਜਾਜ਼ਤ ਦਿੱਤੀ ਆ, ਮੇਰੀ ਚੀਜ਼ਾਂ ਨੂੰ ਛੇੜਨ ਦੀ ਨਹੀਂ। ਫਰਾਡ ਕਿਸੇ ਥਾਂ ਦਾ ਹੁਣ ਤੈਨੂੰ ਪਤਾ ਲੱਗਦਾ ਹੋਗਾ ਜਦੋਂ ਆਪਣੇ ਧੋਖਾ ਦਿੰਦੇ ਨੇ ਕਿਹੋ ਜਿਹਾ ਲੱਗਦਾ। ਸ਼ਟ ਯੋਰ ਮਾਊਥ। ਕੀ ਸ਼ਟ ਯੋਰ ਮਾਊਥ, ਗੈਟ ਆਊਟ, ਨਿਕਲ ਮੇਰੇ ਘਰ ਤੋਂ ਬਾਹਰ। ਚਲ ਹੁਣ ਲੈਟਸ ਗੋ। ਉਹਨਾਂ ਫਿਲਮ ਦੀ ਕਹਾਣੀ ਬਾਰੇ ਦੱਸਦਿਆਂ ਕਿਹਾ ਕਿ ਇਸ ਫਿਲਮ ਵਿੱਚ ਜਿੰਮੀ ਸ਼ੇਰਗਿੱਲ, ਨੀਰੂ ਬਾਜਵਾ ਅਤੇ ਸਰਗੁਣ ਮਹਿਤਾ ਇਹਨਾਂ ਤਿੰਨਾਂ ਕਰਦਾਰਾਂ ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆਵੇਗੀ। ਅਤੇ ਇਸ ਫਿਲਮ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਫਿਲਮ ਤੁਹਾਨੂੰ ਜਿੱਥੇ ਹਸਾਉਣ ਤੇ ਮਜਬੂਰ ਕਰ ਦੇਵੇਗੀ, ਇਸ ਦੇ ਨਾਲ ਹੀ ਥੋੜਾ ਬਹੁਤ ਇਮੋਸ਼ਨਲ ਵੀ ਕਰ ਸਕਦੀ ਹੈ। ਲਵ ਸਟੋਰੀ ਹੈ ਜੀ, ਲਵ ਸਟੋਰੀ ਹੈਗੀ, ਬਹੁਤ ਸੋਹਣੀ ਜੀ ਲਵ ਸਟੋਰੀ ਹੈ। ਟ੍ਰਾਇੰਗਲ ਹੈ ਅਤੇ ਇੱਕ ਬਹੁਤ ਹੀ ਪਿਆਰੀ ਜੀ ਕਹਾਣੀ ਹੈ। ਬਾਕੀ 17 ਤਰੀਕ ਨੂੰ ਜਾ ਕੇ ਦੇਖ। ਕੁੱਤੇ ਦਾ ਰੋਲ ਬਹੁਤ ਵਧੀਆ, ਕੁੱਤੇ ਦਾ ਰੋਲ ਫਿਲਮ ਦੇ ਵਿੱਚ ਬਹੁਤ ਹੀ ਵਧੀਆ ਹੈ, ਸਾਡੇ ਤੋਂ ਵੀ ਵਧੀਆ। ਤੁਸੀਂ ਜਦੋਂ ਦੇਖੋਗੇ ਤੁਸੀਂ ਕਹੋਗੇ ਵੀ ਵਾਹ ਜੀ ਵਾਹ, ਕੁੱਤੇ ਦੇਖ ਕੇ ਹੱਥ ਮਾਰ ਲੈਣਾ। ਤੇ ਫਿਰ ਉਡੀਕ ਕਿਸ ਗੱਲ ਦੀ, ਤੁਸੀਂ ਵੀ ਹੋ ਜਾਓ ਤਿਆਰ 17 ਮਾਰਚ ਨੂੰ ਫਿਲਮ ਜਿੰਦੂਆ ਦੇ ਰੰਗਾਂ ਵਿੱਚ ਰੰਗਣ ਲਈ। ਅੰਮ੍ਰਿਤਸਰ ਤੋਂ ਹਨੀ ਅਤੇ ਸਨੀ ਮਹਿਰਾ, ਜੀਵੇ ਪੰਜਾਬ ਲਈ।